वाहिगुरु जी का खालसा, वाहिगुरु जी की फतेह। मैं तुहाडी होस्ट नीलम कौर ते मैं TV84 दे सारे दर्शकां दे श्रोतियां दा हार्दिक स्वागत करदी आं प्रोग्राम सचो सच विच। रोजाना दी तरह तुहाडे ते साडे हरमन प्यारे डॉक्टर अमरजीत सिंह जी मेरे नाल बैठे हुए ने। आओ उहनां नाल मिल के प्रोग्राम शुरू करदे आं। जी डॉक्टर साहब, वेलकम टू अवर शो। थैंक यू वेरी मच। जी डॉक्टर साहब, अज 20 अगस्त 2015 चार पादू नानक शाही संबंध 547 दा दिन है। ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਅੱਜ ਦੇ ਕੁਝ ਅਹਿਮ ਘਟਨਾਵਾਂ ਨਾਲ। ਡਾਕਟਰ ਸਾਹਿਬ, ਅੱਜ 20 ਅਗਸਤ ਦਾ ਦਿਨ, ਇੱਕ ਪਾਸੇ ਸ਼ਹੀਦਾਂ ਦੀ ਦਾਸਤਾਨ, ਇੱਕ ਪਾਸੇ ਗੱਦਾਰਾਂ ਦੇ ਨਾਲ ਜੁੜਿਆ ਦਿਨ, ਕਿੱਥੋਂ ਸ਼ੁਰੂ ਕਰੀਏ? ਪਹਿਲਾਂ ਗੱਦਾਰਾਂ ਤੋਂ ਸ਼ੁਰੂ ਕਰ ਦਿਓ। ਗੱਦਾਰਾਂ ਤੋਂ ਸ਼ੁਰੂ ਕਰੀਏ ਜੀ। ਅੱਜ ਰਾਜੀਵ ਗਾਂਧੀ ਦਾ ਜਨਮ ਦਿਨ ਹੈ ਤੇ ਰਾਜੀਵ ਦੇ ਨਾਲ ਸਾਰੀ ਕੌਮ ਦਾ ਸੌਦਾ ਮੁਫਤ ਦੇ ਵਿੱਚ ਕਰਕੇ ਅਪਮਾਨ ਕੌਮ ਦਾ ਕਰਨ ਵਾਲੇ ਲੌਂਗੋਵਾਲ ਦੇ ਸੋਧੇ ਜਾਣ ਦੀ 30ਵੀਂ ਵਰੇਗੰਢ ਹੈ। ਹੁਣ ਅਸੀਂ ਬੇਸ਼ੱਕ ਜਦੋਂ ਅਸੀਂ ਬੀਤੇ ਦੇ ਸਮੇਂ ਨਾਲ ਗੱਲ ਕਰਦੇ ਹਾਂ ਜਾਂ ਅਜੋਕੇ ਸਮੇਂ ਦੀ ਗੱਲ ਕਰਦੇ ਹਾਂ, ਅਕਸਰ ਇਹ ਗੱਲ ਕਹੀ ਜਾਂਦੀ ਹੈ ਔਰ ਕਈ ਵਾਰ ਮੈਨੂੰ ਵੀ ਇਹ ਕਿਹਾ ਗਿਆ ਕਿ ਜੀ ਸਿੱਖਾਂ 'ਚ ਗੱਦਾਰ ਬੜੇ ਨੇ, ਅਤੇ ਮੇਰਾ ਇਹ ਜਵਾਬ ਹੁੰਦਾ ਹੈ ਕਿ ਜੀ ਸਿੱਖਾਂ 'ਚ ਸਰਦਾਰ ਵੀ ਬੜੇ ਨੇ। ਕਿ ਗੱਦਾਰਾਂ ਦੀ ਕੀਮਤ ਹੀ ਤਾਂ ਪੈਂਦੀ ਹੈ ਜਾਂ ਗੱਦਾਰ ਉਹ ਇਸ ਲਈ ਬਣਦੇ ਨੇ, ਖਰੀਦੇ ਜਾਂਦੇ ਨੇ, ਵਿਕਦੇ ਜਾਂਦੇ ਨੇ, ਕਿ ਸਰਦਾਰਾਂ ਨੂੰ ਕਿਵੇਂ ਜਿਹੜਾ ਥੱਲੇ ਡਿੱਗਣਾ। ਸੋ ਜਿੱਥੇ ਗੱਦਾਰਾਂ ਦੀ ਫੌਜ ਹੈ ਉਸ ਤੋਂ ਵੱਡੀ ਸਰਦਾਰਾਂ ਦੀ ਫੌਜ ਹੈ, ਕਿਉਂਕਿ ਸਰਦਾਰ ਮੁੱਕੇ ਨਹੀਂ ਇਸ ਲਈ ਗੱਦਾਰ ਵੀ ਮੁੱਕੇ ਨੇ। ਸੋ ਇਹਦਾ ਇੱਕ ਪੋਜ਼ਿਟਿਵ ਆਸਪੈਕਟ ਵੀ ਹੈ। ਪਰ ਦੂਸਰੇ ਪਾਸੇ ਮੈਂ ਦੇਖਦਾ ਹਾਂ ਕਿ ਅਸੀਂ ਰਿਪੀਟਡਲੀ ਜਦੋਂ ਵੀ ਇਤਿਹਾਸ ਦਾ ਕੋਈ ਨਿਰਣਾਇਕ ਦੌਰ ਆਇਆ ਜਾਂ ਜਿਸ ਨੂੰ ਫੈਸਲਾਕੁਨ ਮੌਕਾ ਆਇਆ, ਅਸੀਂ ਬੜੀ ਬੁਰੀ ਤਰ੍ਹਾਂ ਉਸ 'ਚ ਫੇਲ ਹੋਏ। ਭਾਵੇਂ ਉਸ ਲਈ ਅਸੀਂ ਦੋਸ਼ ਤਾਂ ਲੀਡਰਾਂ ਨੂੰ ਹੀ ਦਿੰਦੇ ਹਾਂ, ਜ਼ਾਹਰ ਹੈ 47 ਦੌਰ ਦੀ ਲੀਡਰਸ਼ਿਪ, ਜਾਂ ਜੂਨ 84 ਤੱਕ ਪਹੁੰਚਦੇ ਹਾਂ ਵੀ, ਬੇਸ਼ੱਕ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਉਹ ਇੱਕ ਐਕਸੈਪਸ਼ਨ ਨੇ ਇਸ ਦੌਰ ਦੀ, ਜਿਨ੍ਹਾਂ ਨੇ ਇਹ ਗੱਲ ਚੈਲੰਜ ਕਰਕੇ ਕਹੀ ਸੀ ਕਿ ਇਸ ਵਾਰ ਮੈਂ ਇਹਨਾਂ ਅਕਾਲੀ ਲੀਡਰਾਂ ਨੂੰ ਭੱਜਣ ਨਹੀਂ ਦਿੰਦਾ ਅੱਗੇ, ਜਿਵੇਂ ਚਾਹ ਦਾ ਕੱਪ ਪੀ ਕੇ ਸਮਝੌਤਾ ਕਰਾਉਂਦੇ ਨੇ, ਜਿਹੜਾ ਵੀ ਸਮਝੌਤਾ ਹੋਏਗਾ ਉਹ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਡਿਸਕਸ ਕੀਤਾ ਜਾਏਗਾ, ਰੱਖਿਆ ਜਾਏਗਾ, ਉਸ ਤੋਂ ਬਾਅਦ ਹੀ ਉਹ ਪ੍ਰਵਾਨ ਕੀਤਾ ਜਾਏਗਾ। ਹੁਣ ਇਹਦੇ ਬਾਵਜੂਦ ਕਿ ਸੰਤ ਪਿੰਡਾਂ ਵਾਲਿਆਂ ਦੀ ਆਪਣੀ ਮੁਸਤੈਦੀ ਜਾਂ ਆਪਣੀ ਉਹਨਾਂ ਦੀ ਜਿਹੜੀ ਹੈ ਆਲਾ ਦੁਆਲਾ ਨੈਟਵਰਕ ਕਾਫੀ ਸੀ, ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਫਿਰ ਵੀ 1982 ਤੋਂ ਲੈ ਕੇ 1982 ਤੋਂ ਜਦੋਂ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ ਔਰ 1984 ਘੱਲੂਘਾਰੇ ਤੱਕ ਲਗਭਗ 1.5 ਦਰਜਨ 18 ਦੇ ਕਰੀਬ ਜਿਹੜੀਆਂ ਗੁਪਤ ਮੀਟਿੰਗਾਂ ਨੇ ਉਹ ਅਕਾਲੀ ਲੀਡਰਾਂ ਨੇ, ਜਿਨ੍ਹਾਂ ਦੇ ਵਿੱਚ ਸਮੇਂ ਸਮੇਂ ਬਾਦਲ, ਟੌੜਾ, ਰਾਮੂ ਵਾਲੀਆ, ਬਲਵੰਤ ਸਿੰਘ ਆਦਿ ਸ਼ਾਮਿਲ ਹੁੰਦੇ ਰਹੇ ਔਰ ਸਰਕਾਰ ਦੇ ਨੁਮਾਇੰਦੇ, ਇੱਕ ਅੱਧੀ ਚੰਦਰਾ ਗਾਂਧੀ ਸਿੱਧੇ ਤੌਰ 'ਤੇ, ਨਹੀਂ ਤਾਂ ਨਰਸਿਮਹਾ ਰਾਓ, ਪ੍ਰਣਾਬ ਮੁਖਰਜੀ, ਪੀ ਚਿਦੰਬਰਮ, ਔਰ ਉਹ ਇੱਕ ਥਾਂ 'ਤੇ ਨਹੀਂ ਹੋਈ, ਕੋਈ ਚੰਡੀਗੜ੍ਹ 'ਚ ਕਿਤੇ ਏਅਰਪੋਰਟ ਲਾਂਚ 'ਤੇ ਹੋ ਰਹੀ ਹੈ, ਕਿਸੇ ਦੇ ਘਰ ਹੋ ਰਹੀ ਹੈ, ਦਿੱਲੀ 'ਚ ਹੋ ਰਹੀ ਹੈ, ਰਾਜ ਹੋ ਰਹੀ ਹੈ, ਟੌੜੇ ਨੂੰ ਕਿਤਿਓਂ ਲਿਆਂਦਾ ਗਿਆ, ਜੇਲ੍ਹ 'ਚੋਂ ਲਿਆਂਦਾ ਗਿਆ, ਬਾਦਲ ਨੂੰ ਲਿਆਂਦਾ ਗਿਆ, ਪਰ ਇਸ ਸਭ ਦੀ ਕਿਸੇ ਨੂੰ ਵੀ ਭਿਣਕ ਨਹੀਂ ਸੀ। ਹਾਲਾਂਕਿ ਥੋੜ੍ਹੇ ਬਹੁਤ ਜਿਹੜੇ ਜਾਣਕਾਰ ਹਲਕੇ ਅੰਦਰੂਨੀ ਨੇ ਉਹਨਾਂ ਨੂੰ ਜਿਹਨੂੰ ਕਹਿੰਦੇ ਨੇ ਵੀ ਮੁਸ਼ਕ ਆ ਜਾਂਦੀ ਸੀ ਕਿ ਵੀ ਕੁਛ ਨਾ ਕੁਛ ਚੱਲ ਰਿਹਾ। ਸੋ ਜਿੰਨੀ ਦੇਰ ਸੰਤ ਪਿੰਡਾਂ ਵਾਲੇ ਆਪਣੀ ਹਯਾਤੀ 'ਚ ਰਹੇ ਔਰ ਇੱਕ ਅਲਰਟ ਸਿਪਾਹੀ ਦੇ ਤੌਰ 'ਤੇ, ਅਲਰਟ ਜਨਰਲ ਦੇ ਤੌਰ 'ਤੇ ਉਹਨਾਂ ਨੇ ਅਗਵਾਈ ਕੀਤੀ, ਇਹ ਸੈਲ ਆਊਟ ਨਹੀਂ ਕਰ ਸਕੇ। ਨਹੀਂ ਤਾਂ ਇਸ ਸਿਚੁਏਸ਼ਨ ਤੋਂ ਪਹਿਲਾਂ ਹੀ, ਜਿਵੇਂ ਪਿਛਲੇ ਮੋਰਚਿਆਂ ਦੀ ਕਹਾਣੀ ਵੀ ਇਹੀ ਹੈ ਕਿ ਤੁਸੀਂ ਗੱਲਾਂ ਬੜੀਆਂ ਬੜੀਆਂ ਕਰੋ, ਸੰਗਤ ਨੂੰ ਤੁਸੀਂ ਜਿਹੜਾ ਵੱਡੇ ਵੱਡੇ ਜੈਕਾਰਿਆਂ ਦੇ ਨਾਲ ਜਿਹੜਾ ਉਹਨਾਂ ਦੇ ਵਿੱਚ ਇੱਕ ਉਤਸ਼ਾਹ ਭਰ ਦਿਓ ਅਤੇ ਅਖੀਰ ਵੇਲੇ ਜਿਹੜਾ ਕੁਛ ਨਾ ਕੁਛ ਕਰ ਆਓ, ਫਿਰ ਮਹੀਨੇ ਬਾਅਦ ਉੱਥੇ ਹੀ ਸਟੇਜ ਤੋਂ ਖਲੋ ਕੇ ਮੰਜੀ ਸਾਹਿਬ ਤੋਂ ਕਹੋ ਕਿ ਜੀ ਖਾਲਸਾ ਜੀ ਸਾਡੇ ਨਾਲ ਧੋਖਾ ਹੋ ਗਿਆ ਅਤੇ ਫਿਰ ਤੁਸੀਂ ਅਗਲੇ ਮੋਰਚੇ ਵੱਲ ਤੋਰ ਦਿਓ। ਸੋ ਸਾਰੀ ਰਾਜਨੀਤੀ ਜੇ ਅਸੀਂ ਸਮਝਦੇ ਹਾਂ ਅਕਾਲੀਆਂ ਦੀ, ਇਸ ਸਾਰੇ ਪੀਰੀਅਡ ਦੀ ਕੋਈ ਪ੍ਰਾਪਤੀ ਨਾ ਹੋਣ ਦਾ ਇੱਕ ਵੱਡਾ ਕਾਰਨ ਇਹ ਸੀ ਕਿ ਜਿਨ੍ਹਾਂ ਦੇ ਖਿਲਾਫ਼ ਤੁਸੀਂ ਮੋਰਚਾ ਲਾ ਰਹੇ ਹੋ ਉਹਨਾਂ ਕੋਲ ਤਾਂ ਤੁਹਾਡੇ ਹਰ ਇੱਕ ਦੀ ਫਾਇਲ ਹੈ, ਉਹਨਾਂ ਨੂੰ ਪਤਾ ਹੈ ਵੀ ਹਰ ਇੱਕ ਦੀ ਤੁਹਾਡੀ ਕੀ ਕੀਮਤ ਹੈ। ਔਰ ਉਸ ਤੋਂ ਬਾਅਦ, ਔਰ ਇੱਕ ਜ਼ਮਾਨੇ ਦੇ ਵਿੱਚ ਇਹ ਗੱਲ ਮੈਂ ਅਕਸਰ ਪਹਿਲਾਂ ਵੀ ਸ਼ਾਇਦ ਕਹੀ ਹੈ ਕਿ 1950 ਦੇ ਪੀਰੀਅਡ ਦੀ ਹੈ ਜਾਂ 60ਵਿਆਂ ਦੀ ਹੈ
कि वर्किंग कमेटी की मीटिंग अकाली दल के 11 मैंबर होंगे सी, निकल के एक मैंबर जिहड़ा है वह जिहड़ा उहदा कनैक्शन सी एजेंसियां नूं जो भी वह ब्रीफ करता होना है उन्हां नूं दसण लगा जी मीटिंग च की होया। वह उन्हूं कहिंदा कि जथेदार जी तुसीं लेट हो गए हो, पहले दस जिहड़े ने वह पहलां ही दस चुके ने। सो इत्थों तक यह रहा है भी इन्हां दा तां इस किस्म दा किरदार रहा। जून 84 दे घल्लूघारे ने एक वह सिचुएशन पैदा कर दिती कि दुनिया भर के सिख कौम उठ खलोती, दुनिया भर च रोस विखावे, एंगर और जाहर है कि इंडियन स्टेट के नाल हुण साडा कोई संबंध नहीं, ये फीलिंग जिहड़ी है चार चफेरे बड़ी जिहड़ी है वह पसरी हुई सी। हुण उस दौर दे विच बेशक जदों उन्होंने हमला किया फौज ने यह हदायत सी कि भी कोई लौंगोवाल का टौड़े का बादल तो उत्थे है ही नहीं, उन्होंने तो पहला ही पता सी क्योंकि वह तो बिल्कुल भेती सी, इसलिए वह तो नेड़े नहीं आया। सो रामूवालिया, टौड़ा, लौंगोवाल ये सारिया बड़ा सुरक्षित टैंकों के सर्किट हाउस पहुँचाया गया। फिर इन्हों इसलिए जेल च नहीं रख्या गया कि जी इन्हों खिलाफ को उन्होंने मुकदमे चलाने से या मुकदमे चलाए, इसलिए कि लोगों के गुस्से तो जोड़ा है इन्हों का छुटकारा कराना कि भी इन्हों का काम कर देना लोगों ने। सो इन्हों प्रोटेक्ट करने रखे और अखीर उन्होंने अपनी टाइमिंग के नाल इन्हों छड़िया जदों के अंदर इस किस्म की कोई अंडरस्टैंडिंग पैदा हुई। उदे च बेशक पहला तलवंडी नू छड़िया गया, फिर इन्हों लौंगोवाल नू छड़िया गया और जिथे जिथे भी लौंगोवाल गया उत्थे उत्थे चैलेंज होया, हूटिंग हुई, खालिस्तान जिंदाबाद के नारे लगे। फिर जिहड़ा उस नू दिल्ली दे विच और कानपुर दूसरिया थावां ते लजाया गया, विंडोज रोंदियां कुरलांदियां दिस दैट, जिन्हों उन्हें कहा कि जी मेरा दिल वलूंद रहा गया तो मेरा। सो कहने का मतलब यह है भी वह तो पहला ही को लौंगोवाल एक आम पिंड के गुरद्वारे चों उठा बंदा जिसकी कोई सियासी बैकग्राउंड नहीं है, जिसकी कोई एजुकेशनल ट्रेनिंग नहीं है, उन्हों ता बादल ने जिमें ये इन्हों की लाइन रही है टौड़े दी भी रही है, जो कोई एक खड़ा होंदा है उहदे बराबर लिया के दूसरा खड़ा कर दिओ। सो जे बादल की पूरी लौंगोवाल नूं हमायत सी ते टौड़ा दोनों पासे हाजरी लवांदा सी, भिंडा वाले वाल भी लवांदा सी और दोनों नूं ही दोनों जिहड़े ने अपनी अपनी खेड खेड रहे सी, टौड़ा भी बादल भी। सो लौंगोवाल जिहड़ा है इस स्टैंप तां बादल दी सी, हालां उहदा इन्ना एक स्टेज ते लहरा गागा हल्के तो MLA भी बनिया सी, लेकिन उसकी कोई किसी किस्म की ट्रेनिंग नहीं सी। जे धर्मयुद्ध मोर्चा उस दे विच 2.5 लाख के करीब गिरफ्तारियां हुई हैं तो ये संत भिंडा वाले की मिकनातीसी शख्सियत सी जिहदी वजह करके थां थाई जिहड़ा है प्रचार भी हुंदा सी धर्मयुद्ध मोर्चे का और संगतां भी आंदियां सी। लौंगोवाल की कमांड थले तो जिहड़ा करपूरी मोर्चा पाणियां दे मुद्दे ते जिला पटियाला शुरू होया वह तो 3 जथियां तो बाद इन्हां कोल जाण लई बंदे नहीं सी और इन्हां ने काली नाल उत्थों विदड्रॉ करके जो संत भिंडा वाले ने भाई अमरीक सिंह बाबा अठारह सिंह की रिहाई लई मोर्चा शुरू किया तो उहदे नाल मर्ज कर दिता। सो बाकी मैं कोई पक्ष कहना शायद जायज़ नहीं होएगा, पर जे तुसीं इन्हां अकाली लीडरां दी समेत लौंगोवाल दे निजी जिंदगी च भी देखो तो फिर तुहानूं बहुत कुछ ऐसा नज़र आएगा जिस नूं तुसीं सिक्खी दे नाल जोड़ के जां एक सिख तो तुसीं ओह चीज़ां एक्सपैक्ट नहीं करदे। लेकिन ये क्योंकि इस वेले साडा विशा उस दे गदारी पक्ष नाल है जिहड़ा कि राजीव लौंगोवाल समझौते दे रूप, जदों कि एक पासे जून 84 दे घल्लूघारे तो बाद दुनिया भर च सिख कौम तैयार है फाइनल बैटल दे लई जिस नूं तुसीं कहिंदे हो आर दी जां पार दी, ते इधर उन्हां दे खड़े कीते होए दो प्रोफेसर अत्तर सिंह और प्रिथीपाल सिंह कपूर जिहड़ा कि अज भी रजिस्ट्रार भी रहा गुरु नानक देव यूनिवर्सिटी का और हुण भी कई बार बाहर उन्हें एक अद्धी वारी इत्थे सद्दिया सी, मैं कहा कोई तो शर्म करो कि भी जिहड़ा लौंगोवाल समझौते नूं लिखिया है जां उन्हूं मास्टर कीता है जां जिहड़ा एजेंसियां दा घर है उहदे च प्रोफेसर अत्तर सिंह और प्रिथीपाल सिंह कपूर ही मेन ने। और इहदे च फिर इन्हां दे दूसरे पात्र जिहड़े ने बलवंत सिंह फाइनैंस मिनिस्टर जिहड़ा रहा और जिहड़ा बिल्कुल पहले दिन तो ही वह एजेंसियां का उहदे कारोबार दुबई इधर उधर से बाद दे विच उह मारिया गया जुझारू लहर दे वेले जी बरनाला और ये बलवंत सिंह जिहड़े ने ये लौंगोवाल दे नाल इन टच सी, उधरों ड्राफ्ट होया राजीव गांधी दे नाल बलवंत सिंह दी और दूजी जिहड़ी है कम्यूनीकेशन रैगूलर सी।
फिर लौंगोवाल नूं तां उन्हां ने ड्रामेबाजी जी हुक्मनामा लो कि हुक्मनामा आया दिल्ली लै गए उधर ये गया पहला स्टेटमेंट दित्ती कि जी राजीव नूं कुछ करना चाहिए लौंगोवाल तो दवाई अगले दिन राजीव ने वेलकम किया सद लिया सब कुछ तैयार सी उत्ते मोहर लाती दस्तखत कर दते उन्हें भी जिहड़ा है वह हाहा रारा जिहड़ा चचा चचे नूं टिप्पी दद्दा पाता हरचंद क्योंकि आही इन्ना की लिखना आता हुंदा सी उहदे ਅਤੇ ਉਹਦੇ ਥੱਲੇ ਹੋ ਗਿਆ ਜੀ ਫਿਰ ਬੜੀ ਵੱਡੀ ਜਿੱਤ ਹੋ ਗਈ ਜੀ ਪੂਰੇ ਜਿਹੜੇ ਉਹਨਾਂ ਨੇ ਫਿਰ ਮੀਡੀਆ ਜਾਂ ਦੂਜਾ ਪੰਜਾਬ ਦੀ ਸ਼ਾਂਤੀ ਬਹਾਲ ਔਰ ਲੌਂਗੋਵਾਲ ਔਰ ਉਹ ਸਮਝੌਤਾ ਪਾਰਲੀਮੈਂਟ ਦੀ ਟੇਬਲ 'ਤੇ ਰੱਖਿਆ ਉਹਨੂੰ ਵੈਲਕਮ ਕੀਤਾ ਇੱਧਰ ਕੀਤਾ ਉੱਧਰ ਕੀਤਾ ਔਰ ਜਿਵੇਂ ਮੈਂ ਪਹਿਲਾਂ ਵੀ ਕੋਟ ਕੀਤਾ ਸੀ ਕਿ ਉਸ ਪੀਰੀਅਡ 'ਚ ਇਹ ਗੱਲ ਬੜੀ ਕਾਮਨ ਸੀ ਕਿ ਰਾਜੀਵ ਗਾਂਧੀ ਔਰ ਇਹ ਵੀ ਜੇ ਤੁਸੀਂ ਕੋਈ ਦੇਖਣਾ ਵੀ ਰਹੱਸ ਦਾ ਰਾਜ ਕਿ ਇੱਧਰ ਰਾਜੀਵ ਗਾਂਧੀ ਜੰਮਦਾ 1944 'ਚ ਅਤੇ ਅੱਜ ਤੋਂ 30 ਸਾਲ ਪਹਿਲਾਂ 1985 'ਚ ਲੌਂਗੋਵਾਲ ਜਿਹੜਾ ਹੈ ਉਹ ਗੱਡੀ ਚੜ੍ਹ ਜਾਣਾ ਜੀ ਸੋ ਕੋਈ ਤਾਂ ਹੋਣਾ ਨਾ ਇੱਕ ਆਇਆ ਇੱਕ ਗਿਆ ਭਾਵੇਂ ਤਰੀਕ ਨਾਲ ਕੋਈ ਬਹੁਤਾ ਨਹੀਂ ਹੈ ਸਾਲ ਵੱਖਰੇ ਹੋਣਗੇ ਲੇਕਿਨ ਦਿਨ ਉਹੀ ਹੈ ਸੋ ਵੈਸੇ ਤਾਂ ਇਹ ਵੀ ਉਹਦਾ ਜਿਹੜਾ ਤੁਰਨਾ ਵੀ ਹੈ ਉਹ ਵੀ ਰਾਜੀਵ ਨੇ ਹੀ ਉਹਨੇ ਜਿਵੇਂ ਉਹ ਮੈਂ ਅੱਗੇ ਵੀ ਕਿਹਾ ਸੀ ਉਹਨੇ ਆਪਣੀ ਬੁਲੇਟ ਪਰੂਫ ਜੈਕਟ ਲਾਈ ਉਹਨੇ ਸੰਤ ਨੂੰ ਦਿੱਤੀ ਲੌਂਗੋਵਾਲ ਨੂੰ ਉਹਨੇ ਕਿਹਾ ਜੀ ਹੁਣ ਮੈਨੂੰ ਇਹਦੀ ਲੋੜ ਨਹੀਂ ਤੁਹਾਨੂੰ ਲੋੜ ਹੈ ਔਰ ਅਗਸਤ ਦੇ ਪਹਿਲੇ ਹਫ਼ਤੇ 'ਚ ਸੌਦੇਬਾਜ਼ੀ ਹੁੰਦੀ ਹੈ ਔਰ ਅੱਜ ਦੇ ਦਿਨ ਜ਼ਿਲ੍ਹਾ ਸੰਗਰੂਰ ਦੇ ਸ਼ੇਰਪੁਰ ਪਿੰਡ ਦੇ ਵਿੱਚ ਇੱਕ ਧਾਰਮਿਕ ਸਟੇਜ ਦੇ ਉੱਤੇ ਲੌਂਗੋਵਾਲ ਦੇ ਉੱਤੇ ਜਿਹੜੇ 3-4 ਸਿੱਖ ਨੌਜਵਾਨ ਜਿਹੜੇ ਨੇ ਉਹ ਹਮਲਾ ਕਰਦੇ ਨੇ ਇੱਕ ਜਿਹੜਾ ਸ਼ਾਇਦ ਪਰਮਿੰਦਰ ਸਿੰਘ ਉਹਨਾਂ ਦਾ ਨਾਂ ਸੀ ਉਹਨੂੰ ਮੌਕੇ 'ਤੇ ਹੀ ਪੁਲਿਸ ਜਿਹੜੀ ਹੈ ਉਹ ਟੋਰਚਰ ਕਰਕੇ ਮਾਰ ਦਿੰਦੀ ਔਰ ਦੂਸਰੇ ਜਿਹੜੇ ਦੋ ਨੌਜਵਾਨ ਉਹਨਾਂ 'ਚ ਇੱਕ ਗਿਆਨ ਸਿੰਘ ਲੀ ਲੋ ਉਮਰ ਉਹਨੂੰ ਵੀ ਫਾਂਸੀ ਹੁੰਦੀ ਹੈ ਪਰ ਬਾਅਦ 'ਚ ਉਮਰ ਕੈਦ 'ਚ ਕਨਵਰਟ ਹੋ ਜਾਂਦਾ ਔਰ ਹੁਣ ਉਹ ਆਪਣੇ ਪਿੰਡ ਨੋਰਮਲ ਆਪਣੀ ਜ਼ਿੰਦਗੀ ਜਿਉਂਦੇ ਨੇ ਸੋ ਗੱਲ ਹੁਣ ਇਹ ਸਵਾਲ ਬੇਸ਼ੱਕ ਕਈ ਵਾਰ ਕੁਛ ਡਿਬੇਟਸ ਡਿਫਰੈਂਟ ਆਸਪੈਕਟ ਤੋਂ ਵੀ ਆਉਂਦੀਆਂ ਨੇ ਜਿਵੇਂ ਮੈਂ ਅਕਸਰ ਕਹਿੰਦਾ ਵੀ ਅਸੀਂ ਬੇਲੋੜੀ ਹਿੰਸਾ ਦੇ ਹੱਕ ਵਿੱਚ ਨਹੀਂ ਹੈ ਔਰ ਨਾ ਹੀ ਅਸੀਂ ਇਸ ਫੋਰਮੈਟ ਤੋਂ ਕਿਸੇ ਵੀ ਖਾਮ ਖਾਹ ਦੀ ਹਿੰਸਾ ਦੀ ਜਿਹੜੀ ਹੈ ਉਹ ਵਕਾਲਤ ਕਰਦੇ ਹਾਂ ਜਾਂ ਉਸ ਨੂੰ ਇਨਕਰੇਜ ਕਰਦੇ ਪਰ ਕਿਉਂਕਿ ਅਸੀਂ ਇਤਿਹਾਸ ਡਿਸਕਸ ਕਰ ਰਹੇ ਹਾਂ ਔਰ ਇਤਿਹਾਸ ਦੇ ਵਿੱਚ ਦੋਨੋਂ ਪਰਸਪੈਕਟਿਵ ਨੇ ਹੁਣ ਜਿਹੜਾ ਰਾਜੀਵ ਲੌਂਗੋਵਾਲ ਸਮਝੌਤੇ ਦਾ ਆਧਾਰ ਕਿਉਂਕਿ ਬਰਨਾਲਾ ਬਲਵੰਤ ਸਿੰਘ ਨੇ ਉਹ ਕਰਾਇਆ ਔਰ ਅੱਜ ਜਦੋਂ ਕਿ ਹੁਣ 30ਵੀਂ ਐਨੀਵਰਸਰੀ ਉਸ ਦੀ ਮੌਤ ਦੀ ਮਨਾਈ ਜਾ ਰਹੀ ਹੈ ਉਹਦੇ ਪਿੰਡ ਲੌਂਗੋਵਾਲ 'ਚ ਸਾਰਾ ਅਕਾਲੀ ਦਲ ਉੱਥੇ ਜੁੜਿਆ ਔਰ ਇੱਕ ਥਰਡ ਰੇਟ ਜਿਹੜਾ BJP ਦੇ ਵਿੱਚ ਰੈਂਟਾ ਮੁਸਲਿਮ ਜਿਵੇਂ ਬਾਦਲੈਂਡ ਕੰਪਨੀ ਰੈਂਟਾ ਸਿੱਖ ਨੇ ਮੁਖਤਾਰ ਅਬਾਸ ਨਕਵੀ ਜਿਹੜਾ ਆਪਣੇ ਲੋਕਾਂ ਨੂੰ ਮਾਰਨ ਲਈ RSS ਨਾਲ ਜੁੜਿਆ ਹੋਇਆ ਕੁਹਾੜੀ ਦਾ ਦਸਤਾ ਬਣਿਆ ਹੋਇਆ ਉਹ ਬੈਠਾ ਹੋਇਆ ਈਵਨ BJP ਨੇ ਇਸ ਵਾਰ ਉਹਨਾਂ ਨੂੰ ਕੋਈ ਆਪਣਾ ਵੀ ਨਹੀਂ ਦਿੱਤਾ ਹੈ ਇੰਪੋਰਟੈਂਟ ਬੰਦਾ ਔਰ ਜਿਹੜਾ ਇਹ ਗੱਲ ਦੱਸਦਾ ਵੀ ਡਾਇਰੈਕਸ਼ਨ ਇਹਨਾਂ ਦੀ ਕੀ ਜਾ ਰਹੀ ਹੈ ਸੋ ਉੱਥੇ ਬਾਦਲ ਕਹਿ ਰਿਹਾ ਕਿ ਜੀ ਇਹ ਕਾਂਗਰਸ ਨੇ ਲੌਂਗੋਵਾਲ ਨੇ ਤਾਂ ਬਹੁਤ ਕੁਰਬਾਨੀ ਕਰਕੇ ਪੀਸ ਬਹਾਲ ਕੀਤਾ ਸ਼ਾਂਤੀ ਬਹਾਲ ਕੀਤੀ ਕਾਂਗਰਸ ਨੇ ਆਪਣਾ ਇਕਰਾਰ ਹੁਣ ਹਾਲਾਂਕਿ ਹਕੀਕਤ ਇਹ ਹੈ ਕਿ ਇਸ ਸਮਝੌਤੇ ਦੀ ਜਿਹੜੀ ਅਨਰਿਟਨ ਲਾਈਨ ਸੀ ਜਾਂ ਕਲੋਜ਼ ਸੀ ਉਹ ਇਹ ਸੀ ਕਿ ਚੀਫ ਮਿਨਿਸਟਰ ਬਰਨਾਲੇ ਨੂੰ ਬਣਾਇਆ ਜਾਏਗਾ ਇਲੈਕਸ਼ਨਾਂ ਹੋਣਗੀਆਂ ਸਮਝੌਤੇ ਤੋਂ ਬਾਅਦ ਉਹ ਚੀਫ ਮਿਨਿਸਟਰ ਬਰਨਾਲਾ ਹੋਏਗਾ ਔਰ ਇਸ ਗੱਲ ਨੂੰ ਭਾਂਪਦਿਆਂ ਹੀ ਬਾਦਲ ਨੇ ਔਰ ਟੋੜੇ ਨੇ ਦੋਨਾਂ ਨੇ ਇਹ ਔਨ ਰੈਕਰਡ ਹੈ ਕਿ ਉਹਨਾਂ ਨੇ ਇਸ ਸਮਝੌਤੇ ਦਾ ਵਿਰੋਧ ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ ਵੀ ਬਿਲਕੁਲ ਇਹ ਧੋਖਾ ਹੋਇਆ ਸਾਡੇ ਨਾਲ ਔਰ ਅਸੀਂ ਇਹਨੂੰ ਨਹੀਂ ਮੰਨਦੇ ਔਰ ਕਈ ਸਾਲ ਬਾਦਲ ਜਿਹੜਾ ਹੈ ਉਹ ਕਦੇ ਇਸ ਕਿਸਮ ਦੇ ਸਮਾਗਮ 'ਚ ਵੀ ਨਹੀਂ ਗਿਆ ਹੈ ਕਿ ਵੀ ਇਹ ਨਹੀਂ ਹੈ ਹੁਣ ਕਿਉਂਕਿ ਲੌਂਗੋਵਾਲ ਮਰ ਗਿਆ ਦੂਜੇ ਚਲੇ ਗਏ ਇਹਨਾਂ ਨੂੰ ਇਹਦੇ 'ਚੋਂ ਐਡਵਾਂਟੇਜ ਮਿਲਦਾ ਹੁਣ ਉਹਨੂੰ ਸ਼ਹੀਦ ਬਣਾ ਦਿਓ ਕੋਈ ਹੋਰ ਬਣਾ ਦਿਓ ਇਹਨਾਂ ਨੂੰ ਸੂਟ ਕਰਦਾ ਹੈ ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਟੋਟਲ ਸਰੈਂਡਰ ਸੀ ਰਾਜੀਵ ਲੌਂਗੋਵਾਲ ਸਮਝੌਤਾ ਕਾਹਦਾ ਸੀ ਇਹ ਸਿੱਖ ਸਰੈਂਡਰ ਥਰੂ ਲੌਂਗੋਵਾਲ ਸੀ ਜਦੋਂ ਕਿ ਸਿੱਖ ਕੌਮ ਨੇ ਸਰੈਂਡਰ ਨਹੀਂ ਸੀ ਕੀਤਾ ਹੋਇਆ ਸਿੱਖਾਂ ਨੇ ਤਾਂ ਇਸ ਨੂੰ ਚੈਲੇਂਜ ਕੀਤਾ ਜੇ ਲੌਂਗੋਵਾਲ ਨਾਲ ਜੋ ਵੀ ਵਾਪਰਿਆ ਉਹ ਇਸ ਕਰਕੇ ਹੀ ਸੀ ਕਿ ਭਾਈ ਜਿਹਦੇ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਤੁਸੀਂ ਧਰਮ ਯੁੱਧ ਮੋਰਚਾ ਆਨੰਦਪੁਰ ਦੇ ਮਤੇ ਤੋਂ ਸ਼ੁਰੂ ਕੀਤਾ ਔਰ ਰਾਜੀਵ ਲੌਂਗੋਵਾਲ ਸਮਝੌਤਾ ਮੈਂ ਉਹਦੇ ਵੇਰਵੇ 'ਚ ਇਸ ਲਈ ਨਹੀਂ ਜਾਵਾਂਗਾ ਕਿ ਪਿਛਲੇ ਸਾਲ ਅਸੀਂ ਉਹਨੂੰ 2-3 ਕਿਸ਼ਤਾਂ ਦੇ ਵਿੱਚ ਡਿਸਕਸ ਕੀਤਾ ਸੀ ਅਪਲੋਡਿਡ ਹੈ ਸੋ ਜਿਹੜੇ ਵੀ ਸਾਡੇ ਦਰਸ਼ਕ ਜਾਂ ਸ਼ਰੋਤੇ ਚਾਹਣ ਸਾਡਾ ਨਾਂ ਪਾ ਕੇ ਔਰ ਰਾਜੀਵ ਲੌਂਗੋਵਾਲ ਅਕੋਰਡ ਉਹਨੂੰ ਕੱਢ ਸਕਦੇ ਨੇ ਸੋ ਮੈਂ ਉਹਨੂੰ ਰਿਪੀਟ ਨਹੀਂ ਕਰਾਂਗਾ ਪਰ ਉਹਦਾ ਇੱਕ ਕਲੋਜ਼ ਬੜਾ ਸਪਸ਼ਟ ਸੀ ਕਿ ਪੰਜਾਬ ਜਿਹੜਾ ਉਹ ਸਤਲੁਜ ਯਮੁਨਾ ਲਿੰਕ ਨਹਿਰ ਬਣਾ ਕੇ ਦੇਵੇਗਾ ਹੁਣ ਜ਼ਾਹਰ ਹੈ ਵੀ ਜਿਹੜੇ ਤੁਹਾਡੀ ਐਜੀਟੇਸ਼ਨ ਹੀ ਕਰਪੂਰੀ ਤੋਂ ਪਾਣੀਆਂ ਦੇ ਮੁੱਦੇ ਤੋਂ ਸ਼ੁਰੂ ਹੋਈ ਔਰ ਜਿਹੜੀ ਤੁਹਾਡੀ ਇੱਕੋ ਇੱਕ ਲਾਈਫ ਲਾਈਨ ਹੈ ਉਹ ਤੁਸੀਂ ਜਿਹੜਾ ਉਹਨਾਂ ਦੇ ਹਵਾਲੇ ਕਰ ਰਹੇ ਹੋ
ਸੋ ਕੁੱਲ ਮਿਲਾ ਕੇ ਬਾਕੀ ਤੋਂ ਜੋ ਕੀ ਨਿਕਲਣਾ ਸੀ ਕਿ ਜੀ ਚੰਡੀਗੜ੍ਹ 26 ਜਨਵਰੀ 86 ਤੱਕ ਦਿੱਤਾ ਜਾਏਗਾ ਪੰਜਾਬੀ ਪਰ ਇੰਟਰਨ ਜਿਹੜੇ ਹਿੰਦੀ ਸਪੀਕਿੰਗ ਏਰੀਆ ਨੇ ਆਈਡੈਂਟੀਫਾਈ ਕਰਕੇ ਇਧਰੋਂ ਦਿੱਤੇ ਜਾਣਗੇ ਵੈਂਕਟ ਰਾਮਨ ਕਮਿਸ਼ਨ ਬਣਿਆ ਕੋਈ ਹੋਰ ਬਣਿਆ ਉਹ ਜੋ ਨਿਕਲਣਾ ਨਿਕਲਣਾ ਕੀ ਸੀ ਸੋ ਅੱਜ ਜੀ ਹੁਣ ਬਾਦਲ ਕਹਿ ਰਿਹਾ ਜੀ ਕਾਂਗਰਸ ਨੇ ਇੰਪਲੀਮੈਂਟ ਨਹੀਂ ਕੀਤਾ ਉਹ ਤੁਹਾਡੀ ਸਰਕਾਰ ਤੁਸੀਂ ਤੂੰ 5 ਵਾਰ ਮੁੱਖ ਮੰਤਰੀ ਬਣਿਆ ਪਹਿਲਾਂ ਵਾਜਪਾਈ ਨਾਲ ਤੁਸੀਂ 3 ਵਾਰ ਸਰਕਾਰ 'ਚ ਰਹੇ ਹੋ ਤੁਸੀਂ ਨਾ ਇੰਪਲੀਮੈਂਟ ਕਰ ਲਿਆ ਜੇ ਇੱਡਾ ਹੀ ਉਹਦੇ 'ਚ ਜੇ ਇੰਨਾ ਹੀ ਉਹ ਸੀ ਤਾਂ ਤੂੰ ਉਹਦਾ ਕਿਉਂ ਵਿਰੋਧ ਕੀਤਾ ਸੀਗਾ ਫਿਰ ਉਸ ਸਮਝੌਤੇ ਦਾ ਸੋ ਕੁੱਲ ਬਣਾ ਕੇ ਅਸੀਂ ਸਮਝਦੇ ਹਾਂ ਵੀ ਇਹ ਬੇਸ਼ੱਕ ਅੱਜ ਅਜੇ ਉਹੀ ਯੁੱਗ ਗਰਦੀ ਬਾਦਲ ਗਰਦੀ ਔਰ ਮੋਦੀ ਗਰਦੀ ਹੈ ਔਰ ਅਸੀਂ ਬਹੁਤ ਸਾਰੇ ਇਤਿਹਾਸ ਨੂੰ ਸ਼ਾਇਦ ਠੀਕ ਪਰਸਪੈਕਟਿਵ 'ਚ ਨਾ ਦੇ ਸਕਦੇ ਹੋਈਏ ਕਿਉਂਕਿ ਕੁਛ ਚੀਜ਼ਾਂ ਕਾਨੂੰਨ ਦੀਆਂ ਬੰਦਿਸ਼ਾਂ ਨੇ ਪਰ ਇਤਿਹਾਸ 'ਚ ਮੱਸਾ ਰੰਗੜ ਨੇ ਮੱਸਾ ਰੰਗੜ ਰਹਿਣਾ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਸੁੱਖਾ ਸਿੰਘ ਮਹਿਤਾਬ ਸਿੰਘ ਰਹਿਣਾ ਇੰਦਰਾ ਗਾਂਧੀ ਵੈਦਿਆ ਨੇ ਜੋ ਉਹਨਾਂ ਦਾ ਰੋਲ ਹੈ ਉਹਨੂੰ ਅਸੀਂ ਉਵੇਂ ਹੀ ਯਾਦ ਕਰਨਾ ਔਰ ਇੱਧਰ ਬੇਅੰਤ ਸਿੰਘ ਸਤਵੰਤ ਸਿੰਘ ਕੇਰ ਸਿੰਘ ਜਿੰਦਾ ਸੁੱਖਾ ਜਾਂ ਭਾਈ ਦਿਲਾਵਰ ਸਿੰਘ ਇਹ ਸਾਡੇ ਨਾਇਕ ਹੀ ਰਹਿਣੇ ਨੇ ਸੋ ਮੈਂ ਸਮਝਦਾ ਵੀ ਲੌਂਗੋਵਾਲ ਦਾ ਜਿੰਨਾ ਮਰਜ਼ੀ ਵੱਡਾ ਸਮਝੌਤਾ ਕਰ ਲੈਣ ਲਾਈਵ ਸ਼ੋ ਕਰ ਦੇਣ ਉਹਨੂੰ ਅਮਨ ਦਾ ਮਸੀਹਾ ਕਹਿ ਦੇਣ ਕੋਈ ਹਰ ਇੱਕ ਨੂੰ ਪਤਾ ਹੈ ਵੀ ਇਹ ਕਾਹਦਾ ਮਸੀਹ ਹੈ ਜੀ ਔਰ ਇਸ ਗੱਲ ਦੇ ਲਈ ਮੈਂ ਸਮਝਦਾ ਕਿ ਸਿੱਖ ਕੌਮ ਦੀ ਜਿਹੜੀ ਕਲੈਕਟਿਵ ਸਾਈਕੀ ਹੈ ਉਹਦੇ 'ਚ ਬੇਸ਼ੱਕ ਅਸੀਂ ਮਾਰ ਖਾਂਦੇ ਹਾਂ ਕਈ ਵਾਰੀ ਕੁਛ ਸੌਦਾ ਗਲਤ ਵੀ ਵਿਕ ਜਾਂਦਾ ਹੈ ਸਾਡੇ ਵੀ ਜਕਾਰੇ ਛੱਡ ਕੇ ਲੈ ਲੈਂਦੇ ਨੇ ਪਰ ਅਲਟੀਮੇਟਲੀ ਜਿਵੇਂ ਇੱਕ ਟ੍ਰਿਬਿਊਨ ਦੇ ਕੋਰਸਪੋਂਡੈਂਟ ਨੇ ਇੱਕ ਵਾਰੀ ਇਹ ਸਟੋਰੀ ਕੀਤੀ ਸੀ ਕਿ ਉਹਨੇ ਦਰਬਾਰ ਸਾਹਿਬ ਦੇ ਬਾਹਰ ਜਿੱਥੇ ਤਸਵੀਰਾਂ ਜਾਂ ਦੂਸਰਾ ਮੈਟੀਰੀਅਲ ਵਿਕਦਾ ਉਹਨੇ ਦੇਖਿਆ ਵੀ ਪਿੰਡਰਾਣਿਆਂ ਦੀ ਤਸਵੀਰ ਵੀ ਲੱਗੀ ਹੋਈ ਹੈ ਲੌਂਗੋਵਾਲ ਦੀ ਵੀ ਲੱਗੀ ਹੋਈ ਹੈ ਵਿਕਣ ਦੇ ਲਈ ਤਾਂ ਉਹਨੇ ਉਹਨਾਂ ਨੂੰ ਪੁੱਛਿਆ ਕਿ ਜੀ ਇਹ ਪਿੰਡਾਂ ਵਾਲਿਆਂ ਦੀ ਕਿੰਨੀਆਂ ਕੁ ਵਿਕਦੀਆਂ ਰੋਜ਼ ਦੀਆਂ ਕਹਿੰਦਾ ਜੀ ਅਸੀਂ ਜਿੰਨੇ ਕੁ ਆਰਡਰ ਕਰਦੇ ਹਾਂ ਫਰੇਮ ਕਰਨ ਦੇ ਸਾਡਾ ਆਰਡਰ ਘੱਟ ਜਾਂਦਾ ਗਾਹਕ ਹੋਰ ਵੀ ਆਉਂਦੇ ਨੇ ਸਾਰੀਆਂ ਵਿਕ ਜਾਂਦੀਆਂ ਉਹ ਕਹਿੰਦਾ ਲੌਂਗੋਵਾਲ ਦੀਆਂ ਕਿੰਨੀਆਂ ਵਿਕਦੀਆਂ ਉਹ ਕਹਿੰਦਾ ਜੀ ਇੱਕ ਵੀ ਮੈਂ ਰੱਖੀ ਹੋਈ ਜਦੋਂ ਦਾ ਇਹ ਸ਼ੁਰੂ ਕੀਤੀ ਹੈ ਇਹ ਵੀ ਨਹੀਂ ਵਿਕੀ ਹੈ ਤਾਂ ਉਹਨੇ ਪੁੱਛਿਆ ਉਹਨੂੰ ਪੱਤਰਕਾਰ ਨੇ ਕਿ ਇਹ ਕਿਉਂ ਕਹਿੰਦਾ ਜੀ ਜਿਹੜੇ ਆਪ ਵਿਕ ਜਾਂਦੇ ਨੇ ਉਹਨਾਂ ਦੀਆਂ ਤਸਵੀਰਾਂ ਨਹੀਂ ਵਿਕਦੀਆਂ ਸੋ ਜ਼ਾਹਰ ਹੈ ਕਿ ਇੱਕ ਲਾਈਨ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਵਨ ਲਾਈਨਰ ਦੈਟ ਸੇਜ਼ ਦਾ ਹੋਲ ਸਟੋਰੀ ਕਿ ਪਿੰਡਰਾਂ ਵਾਲੇ ਜਿਹਨਾਂ ਨੂੰ ਸਾਰੇ ਅਕਾਲੀਆਂ ਨੇ ਜ਼ੋਰ ਲਾ ਕੇ ਕਾਂਗਰਸੀ ਅਤੇ ਫਲਾਣਾ ਅਤੇ ਸੰਜੇ ਗਾਂਧੀ ਲਿਆਇਆ ਅਤੇ ਜ਼ਹਿਰ ਸਿੰਘ ਲਿਆਇਆ ਬਦਨਾਮ ਕਰਨ ਦੀ ਸਾਰੀ ਉਮਰ ਕੋਸ਼ਿਸ਼ ਕੀਤੀ ਜਿੰਨੀ ਦੇਰ ਉਹਨਾਂ ਦਾ ਉਹ ਪੰਥ ਦੇ ਵਿੱਚ ਵਿਚਰੇ ਲੇਕਿਨ ਅੱਜ ਹਰ ਪਲ ਹਰ ਵਰੇ ਪਿੰਡਾਂ ਵਾਲਿਆਂ ਦੀ ਜਿਹੜੀ ਸ਼ਖਸੀਅਤ ਹੈ ਉਹ ਹੋਰ ਵੀ ਆਭਾ ਭਰਪੂਰ ਹੁੰਦੀ ਹੈ ਔਰ ਲੌਂਗੋਵਾਲ ਜੇ ਇਸ ਦੀ ਫੋਟੋ ਨਹੀਂ ਵਿਕਦੀ ਉਹੀ ਜਿਹੜਾ ਉਹ ਵਿਕਿਆ ਹੋਇਆ ਦਾ ਜਿਹੜਾ ਉਹ ਸਿੱਖਾਂ ਨੇ ਕਦੇ ਉਹਨਾਂ ਨੂੰ ਮੁਆਫ ਹੀ ਨਹੀਂ ਕੀਤਾ ਮੁੜ ਕੇ ਜਿਹੜੀ ਆ ਉਹਨਾਂ ਦੀ ਮਿੱਟੀ ਵੀ ਜਿਹੜੀ ਆ ਪੁੱਟ ਕੇ ਉਹ ਦਰਿਆ 'ਚ ਸੁੱਟ ਦਿੰਦੇ ਨੇ ਸੋ ਹੁਣ ਅਲਟੀਮੇਟਲੀ ਇਹਦੇ ਨਾਲ ਵੀ ਇਹੀ ਹੈ ਪਰ ਜਿੱਥੇ ਤੁਸੀਂ ਨਾਲ ਯੋਧਿਆਂ ਦੀ ਗੱਲ ਕੀਤੀ ਸੀ ਬੇਸ਼ੱਕ ਅਸੀਂ ਸਿੱਖ ਇਤਿਹਾਸ ਦੇ ਸੈਕਸ਼ਨ 'ਚ ਨੂੰ ਡਿਸਕਸ ਕਰਾਂਗੇ ਜਿਹੜੇ ਅੱਜ ਦੇ ਦਿਨ ਨਾਲ ਸੰਬੰਧਿਤ ਨੇ ਅੱਜ ਦੇ ਦਿਨ ਹੀ 1982 ਦੇ ਵਿੱਚ 20 ਅਗਸਤ 1982 'ਚ ਮਨਜੀਤ ਸਿੰਘ ਨੌਜਵਾਨ ਜਿਹਨੇ ਆਪਣਾ ਨਾਮ ਮੁਸੀਬਤ ਸਿੰਘ ਰੱਖਿਆ ਸੀ ਇਹ ਉਹੀ ਦੌਰ ਹੈ ਜਦੋਂ ਕਿ ਅਣਖ ਜਿਹੜੀ ਹੈ ਪੰਜਾਬ ਦੀ ਫਿਜ਼ਾ ਦੇ ਵਿੱਚ ਪੂਰੀ ਆਨ ਸ਼ਾਨ ਦੇ ਨਾਲ ਚਾਰਜ ਫਿਰੇ ਘੁੰਮ ਰਹੀ ਸੀ ਉਹ ਇੱਕ ਜਹਾਜ਼ ਲੈ ਕੇ ਇੰਡੀਅਨ ਏਅਰਲਾਈਨ ਦਾ ਅਗਵਾ ਕਰਕੇ ਲਾਹੌਰ ਲੈ ਗਿਆ ਲਾਹੌਰ ਏਅਰਪੋਰਟ 'ਤੇ ਉਹਨੂੰ ਉਤਰਨ ਨਹੀਂ ਦਿੱਤਾ ਉਸ ਤੋਂ ਪਹਿਲਾਂ ਗਜਿੰਦਰ ਸਿੰਘ ਹੋਰੀ ਲਿਜਾ ਚੁੱਕੇ ਸੀ ਔਰ ਉਹ ਇੱਕ ਵੱਡਾ ਇਹਨਾਂ 'ਚ ਕ੍ਰਾਈਸਿਸ ਬਣ ਗਿਆ ਸੀ ਇੰਡੀਆ ਪਾਕਿਸਤਾਨ ਔਰ ਵਾਪਸ ਮੁਸੀਬਤ ਸਿੰਘ ਅੰਮ੍ਰਿਤਸਰ ਏਅਰਪੋਰਟ 'ਤੇ ਆਇਆ ਔਰ ਪੁਲਿਸ ਨੇ ਏਅਰਪੋਰਟ ਨੂੰ ਘੇਰ ਲਿਆ ਔਰ ਉਸ ਨੂੰ ਗੋਲੀ ਮਾਰ ਕੇ ਜਿਹੜਾ ਹੈ ਸ਼ਹੀਦ ਕਰ ਦਿੱਤਾ ਸੋ ਇੱਕ ਪਾਸੇ ਉਹ ਗੱਦਾਰ ਹੈ ਜਿਹੜਾ ਆਪਣੀ ਕਰਤੂਤ ਕਰਕੇ ਮਾਰਿਆ ਗਿਆ ਅਤੇ ਇੱਥੇ ਮਨਜੀਤ ਸਿੰਘ ਉਰਫ ਮੁਸੀਬਤ ਸਿੰਘ ਆਪਣੀ ਅਣਖ ਦੇ ਲਈ ਸ਼ਹੀਦ ਹੋਇਆ ਇਸੇ ਤਰ੍ਹਾਂ ਗੁਰਮੀਤ ਸਿੰਘ ਧੂਲਕੋਟ 1982 'ਚ ਦਰਬਾਰਾ ਸਿੰਘ ਚੀਫ ਮਿਨਿਸਟਰ ਜਿਹਨੂੰ ਸੰਤ ਪਿੰਡਰਾਂ ਵਾਲੇ ਜ਼ਕਰੀਆ ਕਹਿ ਕੇ ਐਡਰੈਸ ਕਰਦੇ ਸੀ ਉਸ ਦੇ ਉੱਤੇ ਰਾਹੋਂ ਦੇ ਵਿੱਚ ਅਟੈਕ ਹੋਇਆ ਉਹ ਬਚ ਗਿਆ ਲੇਕਿਨ ਉਸ ਤੋਂ ਬਾਅਦ ਗੁਰਮੀਤ ਸਿੰਘ ਧੂਲਕੋਟ ਪਿੰਡ ਜ਼ਿਲ੍ਹਾ ਲੁਧਿਆਣਾ ਇਹਨਾਂ ਨੂੰ ਚੁੱਕ ਲਿਆ ਗਿਆ ਔਰ ਬੜਾ ਟੋਰਚਰ ਕਰਕੇ ਨਹੁੰ ਖਿੱਚ ਕੇ ਪੁੱਠੇ ਲਟਕਾ ਕੇ ਅੱਜ ਦੇ ਦਿਨ ਜਿਹੜਾ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਔਰ ਇੱਕ ਮੈਂ ਸਮਝਦਾ ਵੀ ਬੇਸ਼ੱਕ ਅਸੀਂ ਸ਼ਹੀਦ ਊਧਮ ਸਿੰਘ ਉਹਨਾਂ ਦੀ ਉਹ ਬਹਾਦਰੀ ਦੀ ਗਾਥਾ ਕਿ ਕਿਵੇਂ 21 ਸਾਲ ਉਹ ਉਸ ਮਾਈਕਲ ਓਡਵਾਇਰ ਦੇ ਪਿੱਛੇ ਰਹੇ ਅਤੇ ਅਖੀਰ ਉਹਨਾਂ ਨੇ ਜਿਹੜਾ ਉਸ ਨੂੰ ਲੰਡਨ ਦੇ ਵਿੱਚ 1940 ਦੇ ਵਿੱਚ ਬਣਦੀ ਦੀ ਸਜ਼ਾ ਦਿੱਤੀ ਇਸੇ ਤਰ੍ਹਾਂ ਪੰਜਾਬ ਦੇ ਵਿੱਚ 84 ਤੋਂ ਬਾਅਦ ਬਰਨਾਲੇ ਦੀ ਸਰਕਾਰ ਵੇਲੇ ਜੂਲੀਅਸ ਰੋਬੈਰੋ ਨਾਂ ਦਾ ਬੰਦਾ ਜਿਹੜਾ
उस बॉम्बे महाराष्ट्र तो स्पेशली राजीव गांधी ने भेजे कि जी तू देश की एकता अखंडता की लड़ाई लड़ जी। उन्हें पंजाब च आंदे ही यह कहा कि जी इन्ने ए क्लास कैटेगरी ने टैररिस्ट इन्ने बी ने इन्ने इन्ने असी मार देने ने और उन्हें आंदा नारा दिता बुलेट फॉर बुलेट कि जी असी गोली दे नाल उड़ा देंगे जिड़ी कि बिल्कुल अनकॉन्सटीट्यूशनल स्टेटमेंट सी सैकड़िया नहीं हजारों की गिणती च नौजवान झूठे पुलिस मुकाबलों में मारे गए पर सिंघा ने भी रबैरो पहला तो जलंधर के पी ए पी कॉम्पलैक्स के उससे अटैक होया उसकी घरवाली दे लगी गोली आप वो बच गया लम्मा पै गया सिंघा ने भी समझा भी चला गया सो उस तो बाद वो हिलदा रहा उस शाम भी कंबदा रहा टी वी के सामने आके और जदों वो बिल्कुल पूरी तरह फेल होया उन्हें जिनी गिणती ए बी सी की दिती सी उस तो कई गुणा बाद उन्होंने मार दते तो फिर उन्होंने कहा भी ये यदि बस हो गई है उन्होंने फिर जोड़ा उन्होंने बाद एम्बैसडर बना के रोमैनिया भेज दिता रोमैनिया मुल्क है जो एम्बैसडर लगे जिमें माइकल ओडवायर क्योंकि इन्हें झूठे पुलिस मुकाबले और एक किताब भी रबैरो ने लिखी है बुलेट फॉर बुलेट और उन्हें क्या है कि जी असी किमें कैटा यूज कीतियाँ किमें पंजाब दे विच लियांदा सो सिंघा ने उत्थे भी पिछा किया रोमैनिया और उसनों फिर एक हमले का शिकार बनाया परे जिमें हों कि भी किसी जनू बचाना है तो बच जाता है ये भी रब का महकमा है सो रबैरो भज निकलिया और उस दौर के भी जोड़े नौजवान वह पिछा कर रहे थे उन्होंने एक जड़े ने जगराज सिंह समालसर वो अज के दिन जोड़ा 20 अगस्त 1991 रोमानिया की धरती से शहीद होए दो नौजवान जोड़े बाद फड़े गए उन्होंने 10-10 साल कैद की सज़ा हुई सो ये अज का दिन जोड़ा है जुगराज सिंह समालसर जिन्होंने कौमी अणख का उही उधम सिंह दैड़ा नपद हैं पंजाब तो जाके रोमैनिया की धरती के उत्ते भी जोड़ा खालसाई अणख का प्रगटावा किया असी इन शहीदा जोड़ा वो श्रद्धा के फुल भेट करते हैं और हमेशा ही जिमें मैं बिगनिंग से कहा कि साढ़े सरदारा तो सानू फखर है तो गद्दार उस ही सलूक के हकदार होंगे ने इतिहास और उन्होंने अपने भी उन्होंने कदे मुआफ नहीं करते क्योंकि जिस कुल दे विच एक सरदार जमद है वो तो भी कुलों बाद भी जड़े ने उन्होंने कहते हैं और ये हमेशा होंगे कि जी फलाना गदरी बाबा के परिवार चो है फलाना जैतो च साडा बाबा शहीद होया सी जां साडे बजुर्ग रणजीत सिंह की फौज के जड़े ने वो सन मैं सरकारी परिवार है वर्जीनिया दे विच उन्होंने बजुर्ग बीमार ने अजकल सो उन्होंने मैं मिलन गया जो वीकेंड सी सो उन्होंने अपना बजुर्ग जेडे उन्होंने कोट खालसा उन्होंने पिंड है अमृतसर पुतली घर तो अगे सो उन्होंने यह है कि जी उन्होंने कहा जी साढ़े ये बाबा जी जेडे कि अहदेदार से जमरौद के 1839 शहीद होए तो उन्होंने फोटो जी है उन्होंने लाई हुई सो एक पास ये जदों भी किसी परिवार के किसी इलाके दे विचो योधे होंदे ने उन्हां दा और इतिहास बनदा ते इसे तरह जे कदे उन्हां कस्बियां दा शहरां दा जिन्हें भावें भले लोग भी रह रहे होंदे ने ते बीते दा कोई गंगू दा पिंड है कोई चंदू दा है कोई किसी गद्दार दा है कोई जलादां दा है जां कोई दूजे दा है ते वह बेचारे जिहड़े ने उन्हां नूं फलाणा कहणगे अच्छा वह फलाणा जलादां वाला है भी उत्थे जलाद होए सी जां उत्थे फलाना होया सी सो असी अपने सरदारां नूं सल्यूट करदे जी डॉक्टर साहब तुहाडा बहुत बहुत शुक्रिया इस नाल लैणे आ ब्रेक व्यूअर्स विचारां दा सिलसिला इस तरह चलदा रहेगा मिलदे हां छोटे ब्रेक तो बाद